ਕਿਸੇ ਦੀ ਕਾਪੀ ਕਰਕੇ ਬੰਦਾ ਇਹ ਨਾ ਸਮਝ। ਅੱਜ ਕੱਲ੍ਹ ਸਮਾਂ ਹੀ ਇਹੋ ਜਿਹਾ ਆ ਗਿਆ ਉਸਤਾਦਾਂ ਕੋਲ ਸਿੱਖ ਕੇ, ਅਤੇ ਉਸਤਾਦਾਂ ਨੂੰ ਅੱਜ ਕੱਲ੍ਹ ਕੋਈ ਜਾਣਦਾ ਨਹੀਂ। ਗੱਲੇ ਬੱਲੇ ਕਰਕੇ ਪਾਉਣੇ ਹੈ ਨਾ ਲੜਕੀਆਂ ਦੇ ਗੱਲੇ ਕੋਲ। ਓ ਕਿਆ ਬਾਤ, ਥੈਂਕ ਯੂ। ਤਿਆਰ ਤਿਆਰ ਹੋ ਕੇ ਗੋਲਗੱਪੇ ਨਿਕਲਦੇ ਆ। ਬਾਕੀ ਕੱਢ ਦੇ ਇਹਨਾਂ ਤੋਂ, ਪਰ ਇਹਨਾਂ ਨੂੰ ਵੀ ਨਹੀਂ ਆ ਸਕਦਾ। ਬਸ ਕਾਂਜੀ ਜਿਹੜੀ ਹੈ ਆਪਾਂ ਬਾਜ਼ਾਰੋਂ ਲਿਆਂਦੀ, ਅਤੇ ਆਹ ਕੱਢ ਲਏ ਗੋਲ ਗੱਪੇ ਹਾਂਜੀ, ਅਤੇ ਮਿੱਠੀ ਵੀ ਆਪਾਂ ਲਿਆਂਦੀ ਬਾਜ਼ਾਰੋਂ ਹੀ। ਐਵੇਂ ਝੂਠ ਬੋਲੀਏ ਝੂਠ ਬੋਲੀਏ ਤੁਹਾਡੇ ਨਾਲ। ਕਾਂਜੀ ਕਾਂਜੀ ਵੀ ਲਿਆਂਦੀ ਹੈ। ਇੱਧਰ ਕਹਿੰਦੇ ਤਿਆਰ ਹੋਣ ਦੀ, ਕਹਿੰਦੀ ਵੀਡੀਓ ਬਣਾਉਣੀ ਇੱਕ ਦੋ ਰੀਲਾਂ। ਗੋਲ ਗੱਪੇ ਖਾ ਲਓ ਪਹਿਲਾਂ। ਹਾਂਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਕਿਵੇਂ ਹੋ ਸਾਰੇ? ਠੀਕ ਠਾਕ ਵਧੀਆ। ਹਾਂਜੀ ਹੋਰ ਸੁਣਾਓ ਕਿਵੇਂ ਹੋ ਸਾਰੇ? ਠੀਕ ਠਾਕ। ਅਤੇ ਮੈਂ ਆਇਆ ਹੁਣੇ ਗਿਆ ਸੀ ਸਿਲੰਡਰ ਲੈਣ ਸਵੇਰੇ, ਅਤੇ ਉਹਨਾਂ ਨੇ ਬੁਕਿੰਗ ਪਹਿਲਾਂ ਕਰ ਦਿੰਦੇ, ਕਾਪੀ ਲੈ ਕੇ ਜਾਈਦੀ ਬੁਕਿੰਗ ਉਸੇ ਵੇਲੇ, ਪਹਿਲਾਂ ਇੱਦਾਂ ਹੀ ਕਾਪੀ ਲੈ ਕੇ ਜਾਈਦੀ, ਕੋਈ ਨੰਬਰ ਮਤਲਬ ਕੁਛ ਨਹੀਂ ਪੈਂਦਾ, ਇੱਦਾਂ ਕਰਕੇ ਸਿਲੰਡਰ ਉਸ ਵੇਲੇ ਦੇ ਦਿੰਦੇ ਗੋਦਾਮ 'ਚ ਜਾਈਦਾ ਹੈ। ਅਤੇ ਹੁਣ ਉਹਨਾਂ ਇੱਕ ਨਵਾਂ ਪ੍ਰੋਜੈਕਟ ਜਿਹਾ ਕੱਢਤਾ ਵਾ, ਜਿਵੇਂ ਮੰਨ ਲਓ ਤੁਹਾਡੀ ਕਾਪੀ ਦੇ ਉੱਤੇ ਕੋਈ ਫੋਨ ਨੰਬਰ ਹੁੰਦਾ ਨਾ, ਜਿਹੜਾ ਫੋਨ ਨੰਬਰ ਚੜਿਆ ਹੁੰਦਾ, ਇੱਕ ਫੋਨ ਨੰਬਰ ਤੁਹਾਨੂੰ ਲਿੰਕ ਕਰਾਉਣਾ ਪੈਣਾ। ਅੱਜ ਮੈਂ ਸਿਲੰਡਰ ਲੈਣ ਗਿਆ, ਬੜੀ ਖੱਜਲ ਖਰਾਬੀ ਹੋਈ। ਪਹਿਲਾਂ ਉਹ ਕਹਿੰਦੇ ਆਪਣਾ ਨੰਬਰ ਲਿਆਓ, ਮਤਲਬ ਕਾਪੀ ਲਿਆਓ, ਜਿੱਥੇ ਉਹ ਨੰਬਰ ਵੀ ਲੈ ਗਿਆ ਜਿਹੜਾ ਮਤਲਬ ਜੇ 'ਤੇ ਕਰਾਉਣਾ, ਪਹਿਲਾਂ ਜਿੱਥੇ ਚੜਿਆ ਉਹ ਵੀ ਲੈ ਕੇ ਆਓ, ਪਹਿਲਾਂ ਜਿਹੜਾ ਕਰਾਇਆ ਫਿਰ ਉਹ ਲੈਂਦਾ, ਇੱਦਾਂ ਕਰਕੇ ਉਹਨਾਂ ਨੇ ਫਿਰ ਉਹ ਨੰਬਰ ਲਿੰਕ ਕੀਤਾ ਨਾਲ, ਫਿਰ ਉਹ 'ਤੇ ਮੈਸੇਜ ਆਉਂਦਾ, OTP ਵਗੈਰਾ, ਫਿਰ ਇੱਦਾਂ ਕਰਕੇ ਜਿੱਦਾਂ ਉਹਨਾਂ ਦਾ ਪ੍ਰੋਗਰਾਮ ਉਹਨਾਂ ਨੇ ਕੀਤਾ ਸੈੱਟ। ਪਰ ਇਹ ਕਿ ਉਹ ਹੁਣ ਉਹਨਾਂ ਨੇ ਇੱਕ ਨੰਬਰ ਲਿੰਕ ਬੁਕਿੰਗ ਵਾਸਤੇ ਨਾ, ਨੰਬਰ ਜਿਵੇਂ ਤੁਸੀਂ ਬੁੱਕ ਕਰਾਉਣਾ ਹੋਣਾ, ਹੁਣ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਂਦੀ। ਉਹ ਇੱਦਾਂ ਕਰਦੇ ਆ ਕਿ ਜਿਵੇਂ ਇੱਕ ਨੰਬਰ ਉਹਦੇ 'ਤੇ ਤੁਸੀਂ ਫੋਨ ਲਾਉਣਾ, ਲਿਖਿਆ ਮਿਸ ਕਾਲ ਵਾ, ਮਿਸ ਕਾਲ ਨਹੀਂ ਜਿੱਦਾਂ ਫੋਨ ਕਰਨਾ ਵਾ, ਤਾਂ ਆਟੋਮੈਟਿਕ ਕੱਟਿਆ ਜਾਣਾ, ਅਤੇ ਤੁਹਾਡੇ ਫੋਨ 'ਤੇ ਮੈਸੇਜ ਆਉਣਾ, ਅਤੇ ਬੁਕਿੰਗ ਦਾ ਆਪਸ਼ਨ ਆ ਜਾਣਾ। ਜੇ ਮੈਸੇਜ ਨਹੀਂ ਆ ਤਾਂ ਫਿਰ ਮਤਲਬ ਬੁਕਿੰਗ ਤੁਹਾਡੀ ਨਹੀਂ ਹੋਈ। ਹਾਂਜੀ ਲੈਂਟਰ ਆਪਣਾ ਕੱਲ੍ਹ ਪਰਸੋਂ ਦਾ ਖੁੱਲ੍ਹ ਹੀ ਗਿਆ ਤਕਰੀਬਨ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਅਤੇ ਹੁਣ ਅਸੀਂ ਵਾਇਰਿੰਗ ਵਾਸਤੇ ਝਰੀਆਂ ਮਰਾਉਣੀਆਂ, ਕੱਲ੍ਹ ਪਰਸੋਂ ਵੀਰ ਕਹਿੰਦਾ ਸੀ ਆਊਂਗਾ ਮੈਂ, ਉਹ ਵੀਰ ਇੱਧਰ ਅਲੀਵਾ ਰੋਡ ਦਾ, ਅਤੇ ਉਹਨੂੰ ਕੱਲ੍ਹ ਕਿਹਾ ਸੀ, ਅਤੇ ਕਹਿੰਦਾ ਇੱਕ ਦੋ ਦਿਨ ਉਹ ਵੀ ਕਿਤੇ ਲੱਗਾ ਕੰਮ 'ਤੇ ਵੀਰ, ਅਤੇ ਉਹ ਤਾਂ ਕਾਹ ਨਹੀਂ ਹੋਇਆ। ਕੱਲ੍ਹ ਕਹਿੰਦਾ ਮੈਂ ਆਵਾਂਗਾ, ਸਮਾਨ ਸਮੂਨ ਤੁਹਾਨੂੰ ਲਿਖਾ ਜੂੰਗਾ, ਅਤੇ ਅੱਜ ਕੱਲ੍ਹ ਸ਼ਾਇਦ ਮੋਰਨਿੰਗ ਟਾਈਮ ਆਊਗਾ, ਕੱਲ੍ਹ ਅੱਗੇ ਦਾ ਥੋੜ੍ਹਾ ਬਹੁਤ ਸਿਲਸਿਲਾ ਕਰੀਏ ਸ਼ੁਰੂ, ਕਿਉਂਕਿ ਫਿਰ ਅੱਗੇ ਵੀ ਕਾਫੀ ਲੇਟ ਹੋ ਗਿਆ ਨਾ, ਘਰੋਂ ਬਾਅਦ ਛੇਤੀ ਮਿੰਟਾਂ ਮਿੰਟੀ ਕੰਮ ਇਕੱਠਾ ਕਰੀਏ, ਟਾਈਮ ਬੜਾ ਲੱਗ ਗਿਆ। ਅਤੇ ਇਹ ਕੁਝ ਲੋਕ ਨਾ ਕਾਪੀ ਬੜੀ ਕਰਦੇ ਨੇ, ਹੈ ਨਾ, ਇਹਦੀ ਕੋਈ ਵੀ ਚੀਜ਼ ਆਪਣੇ ਸਿਰੋਂ ਕਰਨੀ ਚਾਹੀਦੀ ਹੈ, ਕਿ ਹਲ ਵੇਖ ਕੇ ਚੀਜ਼ ਉਹ ਕੀਤੀ ਅਤੇ ਕਾਹਦੀ ਕੀਤੀ, ਹੈ ਨਾ। ਅਤੇ ਬਾਕੀ ਚਲੋ ਕੋਈ ਗੱਲ ਨਹੀਂ, ਟੈਨਸ਼ਨ ਨਹੀਂ ਲੈਣੀ ਬਿਲਕੁਲ, ਜੀਂਦੇ ਵੱਸਦੇ ਰਹਿਣ ਸਭ, ਪਰਮਾਤਮਾ ਤਰੱਕੀਆਂ ਮੁੱਖੇ ਸਭ ਨੂੰ। ਅਤੇ ਹਾਂਜੀ, ਅਤੇ ਬਾਕੀ ਚਲੋ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਜਿੰਨਾ ਵੀ ਆਪਾਂ ਥੋੜ੍ਹਾ ਬਹੁਤ ਆਪਣਾ ਕੰਮ ਕਰੀਦਾ ਵਾ, ਚਲੋ ਕਿਸੇ ਨੂੰ ਚੰਗਾ ਲੱਗਦਾ, ਕਿਸੇ ਨੂੰ ਮਾੜਾ ਲੱਗਦਾ, ਸਾਨੂੰ ਪਿਆਰ ਕਰਨ ਵਾਲਿਆਂ ਦਾ ਉਹਨਾਂ ਦਾ ਬਹੁਤ ਧੰਨਵਾਦ ਦਿਲੋਂ, ਬਹੁਤ ਜ਼ਿਆਦਾ, ਕਿ ਇਹ ਇੰਨੀ ਛੇਤੀ ਕਿੱਦਾਂ ਸਕਸੈਸ ਹੋ ਗਿਆ, ਕਿੱਦਾਂ ਇਹ ਮਤਲਬ ਇੰਨੀ ਛੇਤੀ ਹੈ। ਪਰ ਇਹ ਵਾ ਕਿ ਜਦੋਂ ਬੰਦਾ ਔਖੀਆਂ ਘੜੀਆਂ 'ਚੋਂ ਲੰਘ ਕੇ ਆਇਆ ਹੋਵੇ, ਉਹਦਾ ਨਹੀਂ ਕਿਸੇ ਨੂੰ ਪਤਾ ਹੁੰਦਾ। ਬਸ ਇਹੀ ਲੋਕ ਇਹ ਸੋਚਦੇ ਕਿ ਇੰਨੀ ਛੇਤੀ ਹੈ, ਕਿੱਦਾਂ ਆਪਣੀ ਲਾਈਫ ਸੈੱਟ ਹੋ ਗਿਆ ਕਿੱਦਾਂ, ਪਰ ਫਿਰ ਵੀ ਹਰ ਇੱਕ ਬੰਦਾ ਆਪਣੀ ਲਾਈਫ ਦੇ ਵਿੱਚ ਸੈੱਟ ਹੋਣ ਦੇ ਚੱਕਰ ਦੇ ਵਿੱਚ ਬੜਾ ਕੁਛ ਕਰਦਾ, ਬੜਾ ਸਟਰਗਲ ਕਰਦਾ ਹਰ ਇੱਕ ਚੀਜ਼।
ਬੜੀ ਜ਼ਰੂਰੀ ਹੈ ਨਾ। ਅਤੇ ਮਤਲਬ ਚਲੋ ਪਰਮਾਤਮਾ ਸਭ ਨੂੰ ਸਟੈਂਡ ਕਰੇ, ਜਿੰਦੇ ਰਹਿਣ, ਜਿਹੜੇ ਮਤਲਬ ਨਹੀਂ ਸਪੋਰਟ ਕਰਨ ਵਾਲੇ। ਸਟੈਂਡ ਹੋਣ ਦੇ ਵਿੱਚ ਵੀ ਤੁਹਾਨੂੰ ਪਤਾ ਬਹੁਤ ਟਾਈਮ ਲੱਗ ਜਾਂਦਾ ਬੰਦੇ ਨੂੰ, ਸਾਰੀ ਜ਼ਿੰਦਗੀ ਲੰਘ ਜਾਂਦੀ ਬੰਦਾ ਤਾਂ ਨਹੀਂ ਸਟੈਂਡ ਹੁੰਦਾ। ਅਤੇ ਚਲੋ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ, ਤੰਦਰੁਸਤੀਆਂ ਬਖਸ਼ੇ ਸਭ ਨੂੰ। ਪਰ ਹਾਂ, ਇੱਕ ਗੱਲ ਨਹੀਂ ਭੁੱਲਣੀ ਚਾਹੀਦੀ, ਬੰਦਾ ਜਿਹਦੇ ਸਿਰ ਤੋਂ ਉੱਠਿਆ ਹੋਵੇ ਹੈ ਨਾ, ਜਿਹਦੇ ਸਿਰ ਤੋਂ ਚੱਲਿਆ ਹੋਵੇ ਬੰਦਾ, ਜਿਵੇਂ ਕੋਈ ਵੀ ਬੰਦੇ ਆ ਹੈ ਨਾ, ਕੋਈ ਵੀ ਜਿਹਨੇ ਕਿਸੇ ਨੇ ਤੁਹਾਨੂੰ ਆਪਣੇ ਰੋਜ਼ਗਾਰ 'ਤੇ ਲਾਇਆ ਹੋਵੇ ਹੈ ਨਾ, ਕਿਸੇ ਨੇ ਵੀ। ਹੁਣ ਮੈਂ ਚਲੋ ਕੰਮ ਕਰਦਾ ਹੈ ਨਾ, ਕੋਈ ਵੀ ਕੰਮ ਬੰਦਾ ਕੰਮ ਜਿਵੇਂ ਕਿਸੇ ਨੇ ਸਿਖਾ ਲਿਆ ਹੋਵੇ ਕੰਮ ਕਿਸੇ ਨੂੰ ਹੈ ਨਾ, ਇਸਟਾ ਮਤਲਬ ਇੱਦਾਂ ਹੀ ਆ। ਮਤਲਬ ਜੇ ਕਿਸੇ ਨੇ ਕੰਮ, ਕੋਈ ਵੀ ਕੰਮ ਹੈ ਨਾ, ਇਹਦੇ ਵਿੱਚ ਇਹ ਵਾ ਕਿ ਕਿਸੇ ਤਰ੍ਹਾਂ ਦਾ ਕੰਮ ਵੀ ਆ ਸਕਦਾ ਹੈ ਨਾ। ਹੁਣ ਤੁਹਾਨੂੰ ਕਿਸੇ ਨੇ ਕੋਈ ਕੰਮ ਸਿਖਾ ਲਿਆ ਕੀਤਾ ਵਾ, ਤੁਹਾਡੇ ਤੁਹਾਡੇ ਮਤਲਬ ਉਹਨੇ ਤੁਹਾਡੇ 'ਤੇ ਇੰਨਾ ਵਿਸ਼ਵਾਸ ਕਰਕੇ ਤੁਹਾਨੂੰ ਮਤਲਬ ਇੰਨੇ ਜੋਗਾ ਕੀਤਾ ਵਾ ਕਿ ਤੁਸੀਂ ਆਪਣਾ ਅੱਗੇ ਕਾਰੋਬਾਰ ਕੰਮ ਚਲਾਓ, ਅਤੇ ਚਲੋ ਆਪਣਾ ਵੀ ਹੈ ਨਾ ਤੁਸੀਂ ਕਰੋ ਸੈੱਟ ਆਪਣਾ ਕੰਮ, ਅਤੇ ਆਪਣੀ ਗ੍ਰਿਸ਼ਤੀ ਦਾ ਕੰਮ ਚਲਾਓ, ਆਪਣੇ ਘਰ ਬਾਰ ਦਾ ਆਪਣਾ ਘਰ ਬਾਰ ਚਲਾਓ, ਅਤੇ ਆਪਣਾ ਕੰਮ ਤੁਸੀਂ ਕਰੋ। ਇੰਨੇ ਜੋਗਾ ਤੁਹਾਨੂੰ ਉਹਨੇ ਕਰਤਾ, ਪਰ ਇੰਨੇ ਜੋਗਾ ਕਰਨ ਦੇ ਚੱਕਰ ਦੇ ਵਿੱਚ ਤੁਸੀਂ ਉਹਨੂੰ ਅਗਲੇ ਨੂੰ ਜਾਣੋ ਨਾ ਹੈ ਨਾ, ਕਿਸੇ ਦਾ ਨਾਂ ਵਰਤੀ ਜਾਣਾ, ਕਿਸੇ ਦਾ ਕੁਛ ਹੈ ਨਾ, ਇੱਦਾਂ ਤਾਂ ਫਿਰ ਗੱਲ ਬਣਦੀ ਨਹੀਂ ਹੈ ਨਾ। ਤਾਂ ਚਲੋ ਹੈ ਨਾ, ਬੰਦੇ ਨੇ ਸੋਚਿਆ ਨਹੀਂ ਹੁੰਦਾ, ਕੋਈ ਬੰਦਾ ਹੀ ਇਹੋ ਜਿਹਾ ਹੋ ਜਾਂਦਾ ਕਿ ਰਲ ਜਾਂਦਾ ਬੰਦੇ ਵਿੱਚ ਕਿ ਚਲੋ। ਮਤਲਬ ਉਹੀ ਮੈਂ ਵਾਰ ਵਾਰ ਇਹ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਨੇ ਤੁਹਾਨੂੰ ਸਟੈਂਡ ਕੀਤਾ ਹੋਵੇ ਹੈ ਨਾ, ਜਿਵੇਂ ਕੁਛ ਥੋੜ੍ਹਾ ਬਹੁਤ ਹੱਥ ਤੁਹਾਡੇ ਮਿਲਾਇਆ ਹੋਵੇ, ਤੁਹਾਨੂੰ ਸਿਖਾਇਆ ਹੋਵੇ, ਉਹਦਾ ਕਦੀ ਮਤਲਬ ਮਾੜਾ ਨਹੀਂ ਸੋਚੀਦਾ ਹੈ ਨਾ, ਨਾ ਹੀ ਮਾੜਾ ਸੋਚਣਾ ਚਾਹੀਦਾ। ਉਹ ਬੰਦੇ ਦਾ ਸਗੋਂ ਦਿਲੋਂ ਕਰਨਾ ਚਾਹੀਦਾ ਕਿ ਆ ਵੀ ਹਾਂ ਅਸੀਂ ਤੇਰੇ ਨਾਲ ਖਲੋਤੇ ਹਾਂ, ਗੱਲ ਹੀ ਕੋਈ ਨਹੀਂ। ਪਰ ਇਹ ਵਾ ਕਿ ਬੰਦੇ ਦੀ ਉਹ ਗੱਲ ਸੁਣ, ਜਿਵੇਂ ਉਹਨੂੰ ਨੀਵਾਂ ਵਿਖਾਉਣਾ ਕਿ ਹਾਂ ਵੀ ਪਰਾ ਹੋ ਜਾ, ਹੁਣ ਮੈਂ ਤੇਰੇ ਕੋਲ ਸਿੱਖ ਲਿਆ, ਤੂੰ ਪਾਸੇ ਹੋ ਜਾ, ਮੈਂ ਹੁਣ ਨਹੀਂ ਤੈਨੂੰ ਜਾਣਦਾ ਕੁਛ ਵੀ। ਇੱਦਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਇੱਦਾਂ ਫਿਰ ਅਗਲੇ ਨੂੰ ਵੀ ਮਤਲਬ ਦੁੱਖ ਹੁੰਦਾ ਕਿ ਬੰਦਾ ਮੈਨੂੰ ਨੀਵਾਂ ਵਿਖਾਉਂਦਾ ਹੈ ਨਾ। ਇਹ ਤਾਂ ਗੱਲ ਬਹੁਤ ਸਮਝਣ ਵਾਲੀ ਹੈ, ਜੇ ਕੋਈ ਸਮਝੇ ਮੇਰਾ ਵੀਰ ਤਾਂ ਹੈ ਨਾ। ਬੜਾ ਔਖਾ ਵਾ ਕਿ ਇੱਦਾਂ ਨਹੀਂ ਕਰਨਾ ਚਾਹੀਦਾ, ਜਿਹੜੇ ਬੰਦੇ ਨੇ ਤੁਹਾਨੂੰ ਸਟੈਂਡ ਕੀਤਾ, ਸਟੈਂਡ ਤੁਹਾਨੂੰ ਕੀਤਾ ਵਾ, ਅਗਲੇ ਨੇ ਇੰਨੇ ਜੋਗਾ ਕੀਤਾ ਵਾ ਕਿ ਤੁਸੀਂ ਆਪਣਾ ਕੰਮ ਕਰੋ ਆਪ ਕਰੋ ਹੈ ਨਾ, ਅਤੇ ਉਹਨੂੰ ਨੀਵਾਂ ਵਿਖਾਈ ਜਾਣਾ, ਉਹ ਮਜ਼ਾ ਨਹੀਂ ਹੈਗਾ, ਬਿਲਕੁਲ ਨਹੀਂ ਮਜ਼ਾ ਹੈਗਾ। ਚਲੋ ਬਾਕੀ ਜਿਉਂਦੇ ਵੱਸਦੇ ਰਹਿਣ, ਤਰੱਕੀਆਂ ਬਖਣ, ਛੇਤੀ ਆਪਾਂ ਮਹੂਰਤ ਕਰਨਾ ਆਪਣੇ ਘਰ ਦਾ ਹੁਣ, ਛੇਤੀ ਤੋਂ ਛੇਤੀ, ਅਤੇ ਫਿਰ ਤੁਹਾਨੂੰ ਇਨਵਾਈਟ ਕਰਾਂਗੇ। ਜਿਨ੍ਹਾਂ ਨੂੰ ਨਹੀਂ ਕੀਤਾ ਉਹਨਾਂ ਵਾਸਤੇ ਸੌਰੀ ਮੰਗਦੇ ਹਾਂ ਦਿਲੋਂ, ਅਤੇ ਬਾਕੀ ਕੋਈ ਗੱਲ ਨਹੀਂ, ਘਬਰਾਉਣਾ ਨਹੀਂ ਚਾਹੀਦਾ। ਅਤੇ ਬਾਕੀ ਕੋਈ ਨਹੀਂ, ਮਾੜਾ ਚੰਗਾ ਹਰ ਕਿਸੇ ਨੇ ਕਹੀ ਜਾਣਾ ਵਾ, ਆਪੋ ਆਪਣੇ ਕੰਮ ਤੁਸੀਂ ਕਰਦੇ ਰਿਹਾ ਕਰੋ, ਐਂ ਵੀ ਕਰੀ ਜਾਣਾ, ਕੋਈ ਗੱਲ ਨਹੀਂ, ਹਰ ਕਿਸੇ ਨੇ ਕਰਨਾ ਕੰਮ। ਅਤੇ ਇਹ ਵਾ ਕਿ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਵਾ, ਬਾਕੀ ਕੋਈ ਗੱਲ ਨਹੀਂ, ਲੋਕਾਂ ਦੀਆਂ ਗੱਲਾਂ ਬਾਤਾਂ ਇੱਦਾਂ ਹੀ ਚੱਲਦੀਆਂ ਰਹਿਣੀਆਂ। ਅਤੇ ਸਾਰਿਆਂ ਨਾਲ ਪਿਆਰ ਕਰੋ, ਆਪਣੇ ਮਾਂ ਪਿਓ ਦੇ ਨਾਲ ਮਿਲ ਗਿਲ ਕੇ ਰਹੋ, ਆਪਣੀ ਫੈਮਿਲੀ ਨੂੰ ਜ਼ਿਆਦਾ ਵੱਧ ਤੋਂ ਵੱਧ ਟਾਈਮ ਦਿਉ ਜਿੰਨਾ ਵੀ ਹੋ ਸਕਦਾ। ਅਤੇ ਬਾਕੀ ਮੇਰਾ ਇਹੋ ਹੀ ਕਿ ਮਤਲਬ ਮੇਰਾ ਮੈਸੇਜ ਦੇਣ ਦਾ ਇਹ ਮਤਲਬ ਕਿ ਜਿਹੜੇ ਉਸਤਾਦ ਕੋਲ ਸਿੱਖਿਆ ਹੋਵੇ ਹੈ ਨਾ, ਉਹਨੂੰ ਕੋਈ ਲੱਤ ਨਹੀਂ ਮਾਰੀਦੀ। ਮੈਂ ਗੱਲ ਇਹ ਕਹਿਣੀ ਚਾਹੁੰਦਾ ਹਾਂ ਕਿ ਜਿਹੜੇ ਤੋਂ ਤੁਸੀਂ ਮਤਲਬ ਕੋਈ ਵੀ ਕੰਮ ਸਿੱਖਿਆ, ਜੇ ਤੁਹਾਨੂੰ ਕਿਸੇ ਬੰਦੇ ਨੇ ਸਿਖਾਇਆ ਕੁਛ ਹੈ ਨਾ, ਅਤੇ ਉਹਦੀ ਮਦਦ ਥੋੜ੍ਹੀ ਬਹੁਤ ਇੱਜ਼ਤ ਕਰੋ, ਉਹਨੂੰ ਨੀਵਾਂ ਨਾ ਵਿਖਾਓ, ਬਸ ਇਹ ਗੱਲ ਵਾ। ਵੈਸੇ ਤਾਂ ਮੈਂ ਸੋਚਿਆ ਸੀ, ਮੈਂ ਕਿਹਾ ਚਲੋ ਉੱਪਰ ਦਾ ਜਿਹੜਾ ਥੋੜ੍ਹਾ ਜਿਹਾ ਕੰਮ ਵਲਗੰਜੀ ਕਰਨੀ ਆ, ਮੇਰਾ ਇਰਾਦਾ ਹੈ ਕਿ ਸੀਮਟ ਦੀ ਇੱਟ ਵਰਤ ਲਾਂਗੇ। ਪਰ ਕੁਝ ਲੋਕ ਕਹਿੰਦੇ ਸੀਮਟ ਦੀ ਇੱਟ ਸਹੀ ਨਹੀਂ ਹੁੰਦੀ ਜਿਵੇਂ ਹੈ ਨਾ, ਪਰ ਉਹ ਹੈ ਤਾਂ ਥੋੜ੍ਹੀ ਸਸਤੀ ਆ, ਪਰ ਇਹ ਵਾ ਕਿ ਚਲੋ ਜੇ ਆਪਣੇ ਵੱਲ ਚੁੰਮਦੀ ਹੈ ਮੈਂ ਤਾਂ ਉਹ ਲਾਉਣ ਦਾ ਇਰਾਦਾ ਹੈ ਮੇਰਾ। ਅਤੇ ਕਮੈਂਟਾਂ ਵਿੱਚ ਦੱਸਿਓ ਕਿ ਜੇ ਉਹ ਇਹ ਸੀਮਟ ਵਾਲੀ ਇੱਟ ਲਾਉਣ 'ਚ ਫਾਇਦਾ ਹੈ ਆਪਾਂ ਨੂੰ ਕਿ ਨਹੀਂ ਹੈਗਾ, ਜੇ ਕਿਸੇ ਲਾਈ ਆ ਵਰਤੀ ਆ, ਜੇ ਕਿਤੇ ਲਾਗੇ ਬੰਨੇ ਕਿੱਦਾਂ ਦੀ ਮਿਲਦੀ ਹੈ ਨਾ। ਮੈਂ ਤਾਂ ਬਟਾਲੇ ਤੋਂ ਪਤਾ ਕੀਤਾ, ਬਟਾਲੇ ਤੋਂ 7,000 ਦੀ ਆ ਉਹ, ਮਤਲਬ ਜੇ ਜ਼ਿਆਦਾ ਕਿਸੇ ਨੇ ਲੈਣੀ ਹੈ ਨਾ, ਜੇ ਜ਼ਿਆਦਾ ਲੈਣੀ ਆ ਤਾਂ ਉਹ ਕੁਛ ਦੇ ਦਿੰਦੇ ਨੇ ਮਤਲਬ 5,000, 52, 5,500 ਨੂੰ,
52 ਨੂੰ 5500 ਨੂੰ ਦਿੰਦੇ, 5500-5300 ਨੂੰ ਪਹੁੰਚ ਦਿੰਦੇ ਨੇ। ਜੇ ਤੁਸੀਂ 10-15,000-20,000 ਲੈਣੀ ਹੈ ਤਾਂ ਫਿਰ, ਜੇ ਥੋੜ੍ਹੀ ਲੈਣੀ ਹੈ ਜੇ 2-3,000-4,000-5,000 ਫਿਰ ਉਹਨਾਂ ਨੇ 7,000 ਨੂੰ ਦੇਣੀ ਹੈ। ਅਤੇ ਪਿੰਡਾਂ ਵਿੱਚ ਦੱਸਿਓ ਕਿ ਲਾਗੇ ਬੰਨੇ ਕੋਈ ਹੈਗਾ ਤੁਹਾਡੇ, ਜਿਵੇਂ ਕੋਈ ਹੈ ਨਾ ਪਿੰਡਾਂ ਵਿੱਚ ਹੁੰਦੇ ਹੀ ਆ ਇੱਧਰ ਉੱਧਰ ਆਪਣੇ ਏਰੀਏ ਦੇ ਵਿੱਚ ਜਿਵੇਂ ਕਦੇ ਇੱਟਾਂ ਬਣਦੀਆਂ ਉਹੀ ਬਣਦੇ, ਜਿੱਥੇ ਇੰਟਰਲੋਕ ਬਣਦੇ ਨੇ ਉਹੀ ਬਣਾਉਂਦੇ ਨੇ ਇੱਟਾਂ ਜ਼ਿਆਦਾਤਰ ਵੈਸੇ। ਅਤੇ ਜੇ ਕਿਤੇ ਲਾਗੇ ਬੰਨੇ ਹੋਣਗੀਆਂ ਤਾਂ ਦੱਸਿਓ ਜ਼ਰੂਰ, ਠੀਕ ਜੀ। ਆਪਾਂ ਫਿਰ ਉੱਥੋਂ ਜ਼ਰੂਰ ਲੈਣ ਦੀ ਕੋਸ਼ਿਸ਼ ਕਰਾਂਗੇ ਜੇ ਬਣਿਆ ਲਾਗੇ ਪ੍ਰੋਗਰਾਮ। ਮੈਂ ਤਾਂ ਬਟਾਲੇ 'ਚ ਪਤਾ ਕੀਤਾ ਇੱਕ ਦੋ ਜਗ੍ਹਾ 'ਤੇ, ਅਤੇ ਉੱਥੇ ਇਹਦੇ ਆਪਾਂ ਨੂੰ ਇੰਟਰਲੋਕ ਜ਼ਿਆਦਾ ਲੱਭਦੇ ਨੇ, ਹੈ ਬਹੁਤ ਘੱਟ ਵਾ। ਕਿਸੇ ਦੀ ਕਾਪੀ ਕਰਕੇ ਬੰਦਾ ਇਹ ਨਾ ਸਮਝੇ ਕਿ ਮੈਂ ਬਹੁਤ ਤੁਹਾਡਾ ਸ਼ੇਅਰ ਮਾਰ ਲਿਆ, ਪਰ ਉਹ ਗੱਲ ਨਹੀਂ ਸੱਜਦੀ, ਨਹੀਂ ਬਣਦੀ ਨਹੀਂ ਗੱਲ। ਅੱਜ ਕੱਲ੍ਹ ਸਮਾਂ ਇਹੋ ਜਿਹਾ ਗਿਆ ਉਸਤਾਦਾਂ ਕੋਲ ਸਿੱਖ ਕੇ, ਅਤੇ ਉਸਤਾਦਾਂ ਨੂੰ ਅੱਜ ਕੱਲ੍ਹ ਕੋਈ ਜਾਣਦਾ ਨਹੀਂ ਹੈ ਕਿ ਨਹੀਂ। ਬਾਕੀ ਇਹ ਵਾ ਕਿਸੇ ਦੇ ਦਿਲ ਨੂੰ ਠੇਸ ਲੱਗੀ ਹੋਵੇ ਤਾਂ ਮੈਂ ਮਾਫ਼ੀ ਚਾਹੁੰਦਾ, ਹੈ ਕਿ ਨਹੀਂ। ਅਜਿਹੇ ਦਸਤਾਰ ਵੇਖੋ ਕਿਵੇਂ ਦੀ ਭੱਜੀ, ਘੈਂਟ ਜ਼ਬਰਦਸਤ। ਅੱਜ ਵਾਈਟ ਬੰਨੀ, ਪਰ ਵਾਈਟ ਗੰਦੀ ਹੋ ਜਾਂਦੀ ਛੇਤੀ। ਅਤੇ ਬਾਕੀ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਸਵੇਰੇ, ਫਿਰ ਉੱਥੇ ਪਲਾਟ 'ਚ ਤੁਹਾਨੂੰ ਜਾ ਕੇ। ਜੇ ਵਲੋਗ ਵਧੀਆ ਲੱਗਾ ਤਾਂ ਕਮੈਂਟ ਸ਼ੇਅਰ ਜ਼ਰੂਰ ਕਰੋ, ਸਾਡਾ ਫੇਸਬੁੱਕ 'ਤੇ ਪੇਜ ਹੋ ਗਿਆ ਉਹਨੂੰ ਜ਼ਰੂਰ ਫੋਲੋ ਕਰੋ। ਮਿਲਦੇ ਹਾਂ ਫਿਰ ਨੈਕਸਟ ਵਲੋਗ, ਬਾਏ, ਗੁੱਡ ਨਾਈਟ, ਰੱਬ ਰੱਖਾ।